Professor Gurk, Pritpal, Madam, and dear students. ਆਪਾਂ ਹਾਜ਼ਰੀ ਲਵਾਵਾਂਗੇ ਫਤਿਹ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟੇ, ਮੇਰਾ 20-25 ਸਾਲ ਦਾ ਕਾਲਜ ਸਟੂਡੈਂਟਸ ਨੂੰ ਪੜ੍ਹਾਉਣ ਦਾ ਤਜਰਬਾ ਹੈ, ਔਰ ਜਿਹੜੇ ਵਿਦਿਆਰਥੀ ਨੇ ਇਹ ਹਮੇਸ਼ਾ ਹੀ ਮੇਰੀ ਤਾਕਤ ਰਹੇ ਨੇ। ਅੱਜ ਮੇਰਾ ਤੁਹਾਡੇ ਨਾਲ ਵਿਚਾਰ ਵਟਾਂਦਰੇ ਦਾ ਜੋ ਟੌਪਿਕ ਹੈ, ਸੋਸ਼ਲ ਆਸਪੈਕਟ ਆਫ ਦ ਟੀਚਿੰਗਸ ਆਫ ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਸਮਾਜਿਕ ਪੱਖ। ਕੋਈ ਵੀ ਬੇਟੇ ਧਰਮ ਹੈ, ਦੈਟ ਇਜ਼ ਦ ਪਾਰਟ ਆਫ ਸੁਸਾਇਟੀ। ਕੋਈ ਪੋਲੀਟਿਕਸ ਹੈ, ਕੋਈ ਅਰਥ ਵਿਵਸਥਾ ਹੈ, ਉਹ ਸਾਰਾ ਕੁਛ ਸਮਾਜ ਦਾ ਅੰਗ ਹੁੰਦੀ। ਔਰ ਸਿੱਖ ਧਰਮ ਦੇ ਵਿੱਚ ਦੋ ਚੀਜ਼ਾਂ ਨਾਲ ਨਾਲ ਚੱਲਦੀਆਂ ਹਨ, ਫਿਲੋਸਫੀ ਆਫ ਸਿੱਖਿਜ਼ਮ, ਪ੍ਰਿੰਸੀਪਲਸ ਆਫ ਸਿੱਖਿਜ਼ਮ, ਉਹਨਾਂ ਨੂੰ ਰੀਪ੍ਰਜੈਂਟ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ 'ਚ। ਇਹਨਾਂ ਸਿਧਾਂਤਾਂ ਨੂੰ ਪ੍ਰੈਕਟੀਕਲ ਰੂਪ ਦੇਣ ਵਾਸਤੇ ਨਾਲ ਦੀ ਨਾਲ ਇਤਿਹਾਸ ਚੱਲਦਾ ਹੈ, ਪੰਜਾਬ ਦਾ ਇਤਿਹਾਸ ਔਰ ਸੰਸਥਾਵਾਂ, ਕਿ ਉਹਨਾਂ ਸਿੱਖਿਆਵਾਂ ਨੂੰ ਪ੍ਰੈਕਟੀਕਲ ਰੂਪ 'ਚ ਅਸੀਂ ਕਿੱਦਾਂ ਕਰ ਸਕਦੇ ਹਾਂ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਸਮਾਜਿਕ ਪੱਖ ਸਭ ਤੋਂ ਪਹਿਲਾਂ ਇਹ ਹੈ ਬੇਟੇ, ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਨੂੰ ਗ੍ਰਿਸ਼ਤੀਆਂ ਦਾ ਧਰਮ ਬਣਾ ਦਿੱਤਾ। ਇਟ ਵਾਜ਼ ਦਾ ਰਿਲੀਜਨ ਆਫ ਦਾ ਹਾਊਸ ਹੋਲਡਰਸ। ਇਹ ਲੋੜ ਕਿਉਂ ਪਈ? ਇਸ ਤੋਂ ਪਹਿਲਾਂ ਜਿਹੜੀ ਫਿਲੋਸਫੀ ਸੀ, ਸੋਸਾਇਟੀ ਸੀ, ਰਿਲੀਜਨ ਸੀ, ਉਹਨਾਂ ਨੇ ਮਨੁੱਖੀ ਏਜ ਨੂੰ, ਮਨੁੱਖੀ ਉਮਰ ਨੂੰ 100 ਸਾਲ ਦੀ ਮੰਨ ਕੇ ਉਹਨੂੰ 4 ਪਾਰਟਸ ਦੇ ਵਿੱਚ ਵੰਡਿਆ ਹੋਇਆ ਸੀ। ਬ੍ਰਹਮਚਰਿਆ ਆਸ਼ਰਮ 1 ਤੋਂ 25 ਸਾਲ, ਗ੍ਰਿਸਤ ਆਸ਼ਰਮ 25 ਤੋਂ 50 ਸਾਲ, ਵਾਨਪ੍ਰਸਥ ਆਸ਼ਰਮ। ਰਿਲੀਜਨ ਦੇ ਸਟੂਡੈਂਟਸ ਬਾਖੂਬੀ ਵਾਕਫ ਹੋਣਗੇ ਹਿਸਟਰੀ ਦੇ ਵੀ, ਉਹ ਹੈ ਵਾਨਪ੍ਰਸਥ ਆਸ਼ਰਮ ਬੇਟੇ। ਔਰ ਲਾਸਟ ਐਂਡ ਬੈਸਟ ਸਟੇਜ ਜਿਹੜੀ ਹੈ ਬਾਕੀ ਧਰਮਾਂ ਦੇ ਅਨੁਸਾਰ, ਦੈਟ ਵਾਜ਼ ਸੰਨਿਆਸ, ਡਿਟੈਚਮੈਂਟ, ਕਿ ਲਾਸਟ ਜਿਹੜੀ ਉਮਰ ਹੈ ਤੁਹਾਡੀ, ਉਹਦੇ ਵਿੱਚੋਂ ਤੁਸੀਂ ਸਾਰਾ ਕੁਛ ਭੁੱਲ ਕੇ ਜੰਗਲਾਂ ਵਿੱਚ ਚਲੇ ਜਾਓ, ਆਪਣੇ ਜਿਹੜਾ ਹੈ ਭੁੱਖੇ ਪਿਆਸੇ ਰਹਿ ਕੇ ਉੱਥੇ ਆਪਣੀ ਜਾਨ ਦੇ ਦਿਓ। ਲੇਕਿਨ ਭਾਈ ਗੁਰਦਾਸ ਅਨੁਸਾਰ ਗੁਰਸਕਲ ਧਰਮ ਮੇਂ ਗ੍ਰਿਸਤ ਪ੍ਰਧਾਨ ਹੈ। ਜਿਸ ਸੁਸਾਇਟੀ ਦਾ, ਜਿਸ ਰਾਜ ਦਾ, ਜਿਸ ਫੈਮਿਲੀ ਦਾ ਆਧਾਰ ਪਰਿਵਾਰ ਹੈ, ਔਰ ਉਸਨੂੰ ਆਪਾਂ ਟੋਟਲੀ ਐਕਸਕਲੂਡ ਕਰ ਦਿੱਤਾ ਆਪਣੀਆਂ, ਸੰਨਿਆਸ ਲੈਣ ਦਾ ਮਤਲਬ ਹੈ ਡਿਊਟੀਜ਼ ਤੋਂ ਭੱਜਣਾ, ਡਿਊਟੀਜ਼ ਪਰਫੋਰਮ ਕਰੇ ਕਰੇ ਜੋ ਹੁੰਦਾ ਹੈ, ਬਜ਼ੁਰਗ ਮਾਤਾ ਪਿਤਾ ਨੇ, ਛੋਟੇ ਬੱਚੇ ਨੇ, ਉਹਨਾਂ ਨੂੰ ਛੱਡ ਕੇ ਭੱਜ ਲਓ, ਬਸ ਡਿਊਟੀਜ਼ ਤੋਂ ਭੱਜ ਲਓ। ਲੇਕਿਨ ਗੁਰੂ ਸਾਹਿਬ ਨੇ ਗ੍ਰਿਸ਼ਤ ਦੇ ਉੱਤੇ ਜ਼ੋਰ ਦਿੱਤਾ। ਗ੍ਰਿਸ਼ਤ ਨੂੰ ਕਿਉਂ ਨਿੰਦਿਆ ਜਾ ਰਿਹਾ ਸੀ ਬੇਟੇ? ਕਿਉਂਕਿ ਇਸ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਅੱਜ ਵੀ ਆਪਾਂ ਦੇਖਦੇ ਹਾਂ ਕਿ ਜੋ ਵੀ ਬੁਰਾਈਆਂ ਨੇ, ਜੋ ਵੱਡੇ ਵੱਡੇ ਲੀਡਰ ਨੇ ਬੇਟੇ, ਉਹ ਆਪਣੇ ਬੱਚਿਆਂ ਬਾਰੇ ਸੋਚ ਰਹੇ ਨੇ ਅਤੇ ਸਾਰਾ ਕੁਛ ਇਕੱਠਾ ਕਰ ਰਹੇ ਨੇ। ਲੇਕਿਨ ਗੁਰੂ ਸਾਹਿਬ ਨੇ ਕਿਹੜੇ ਗ੍ਰਿਸ਼ਤ ਦੇ ਉੱਤੇ ਕੀਤਾ? ਕਿ ਜੈਸੇ ਜਲ ਮੈਂ ਕਮਲ ਨਿਰਾਨਮ, ਜਿਸ ਤਰ੍ਹਾਂ ਗੰਦੇ ਪਾਣੀ ਦੇ ਵਿੱਚ ਬਿਊਟੀਫੁੱਲ ਜਿਹੜਾ ਲੋਟਸ ਹੈ, ਕਮਲ ਦਾ ਫੁੱਲ ਹੈ, ਉਹ ਹੁੰਦਾ, ਉਹਦੇ 'ਤੇ ਗੰਦਗੀ ਦਾ ਕੋਈ ਅਸਰ ਨਹੀਂ ਹੁੰਦਾ। ਗੁਰੂ ਸਾਹਿਬ ਨੇ ਕਿਹਾ ਕਿ ਅੰਜਨ ਮਾਹੀ ਨਿਰੰਜਨ ਰਹੀ ਹੈ, ਤੁਸੀਂ ਗ੍ਰਿਸ਼ਤ ਦੇ ਵਿੱਚ ਰਹੋ, ਬਹੁਤ ਹੀ ਅੱਛੇ ਢੰਗ ਦੇ ਨਾਲ ਆਪਣੀਆਂ ਡਿਊਟੀਜ਼ ਪਰਫੋਰਮ ਕਰੋ। ਵੱਡੇ ਵੱਡੇ ਦਾਨੀਆਂ ਨੂੰ ਲਲਕਾਰਿਆ ਬੇਟੇ, ਮਲਕ ਭਾਗੋ, ਭਾਈ ਲਾਲੋ, ਤੁਸੀਂ ਸਾਰਿਆਂ ਨੇ ਸੁਣਿਆ। ਗੁਰੂ ਸਾਹਿਬ ਨੇ ਕਿਹਾ ਕਿ ਬੜੇ ਬੜੇ ਵੱਡੇ ਦਾਨੀ ਬਣੇ ਹੋ ਪਬਲਿਸਿਟੀ ਵਾਸਤੇ, ਪਰ ਉਹ ਦਾਨ ਕਿਹੜਾ ਕਰਨਾ? ਕਿ ਕਾਲ ਖਾਏ ਕਿਸ਼ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਮਿਹਨਤ ਕਰੋ ਸਿੱਖ ਧਰਮ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਬੇਟੇ, ਮੇਨ ਬੇਸਿਕ ਜਿਹੜੇ 3 ਨੇ, ਕਿਰਤ ਕਰੋ, ਡੂ ਦਾ ਵਰਕ ਵਿਦ ਯੋਰ ਹੈਂਡਸ, ਹਾਰਡ ਵਰਕ, ਔਰ ਨਾਮ ਜਪੋ ਅਤੇ ਵੰਡ ਕੇ ਛਕੋ। ਬੇਸ ਆਫ ਦਾ ਸੋਸ਼ਲਿਜ਼ਮ, ਸਾਰੇ ਸਮਾਜਵਾਦ ਦਾ ਜੋ ਆਧਾਰ ਹੈ, ਵੰਡ ਕੇ ਛਕੋ, ਇਕੁਐਲਿਟੀ ਹੋਣੀ ਚਾਹੀਦੀ ਹੈ, ਠੀਕ ਹੈ ਬੇਟੇ। ਔਰ ਗੁਰੂ ਸਾਹਿਬ ਨੇ ਲੋਕਾਂ ਨੂੰ ਇੱਕ ਕਰਨ ਵਾਸਤੇ ਪਹਿਲਾਂ ਕੀ ਸੀ ਕਿ ਰੱਬ ਨੂੰ ਹੀ ਵੰਡ ਲਿਆ, ਅੱਲਾ ਨੂੰ ਕਿਸੇ ਨੇ ਅੱਲਾ ਕਹਿਤਾ, ਕਿਸੇ ਨੇ ਰਾਮ ਕਹਿਤਾ, ਰਾਮ ਵਾਲੋ ਕੋ ਇਮਾਨ ਸੇ ਬੂ ਆਤੀ ਹੈ, ਇਮਾਨ ਵਾਲੋ ਕੋ ਰਾਮ ਸੇ ਬੂ ਆਤੀ ਹੈ, ਹੈ ਕਿਸ ਕੋ ਫੁਰਸਤ ਕੇ ਕਰੇ ਸਜਦਾ ਤੇਰਾ, ਜਬਕਿ ਇਨਸਾਨ ਕੋ ਇਨਸਾਨ ਸੇ ਬੂ ਆਤੀ ਹੈ। ਗੁਰੂ ਸਾਹਿਬ ਨੇ ਇਸ ਸਿਧਾਂਤ ਨੂੰ ਨਕਾਰਿਆ, ਔਰ ਸਭ ਤੋਂ ਪਹਿਲਾਂ ਉਹਨਾਂ ਨੇ
ਧਾਰਮਿਕ ਤੌਰ ਤੇ ਲੋਕਾਂ ਨੂੰ ਇੱਕ ਕੀਤਾ। ਕਿੱਦਾਂ ਕੀਤਾ ਬੇਟੇ? ਮੂਲ ਮੰਤਰ ਦੇ ਵਿੱਚ ਓਮ ਸ਼ਬਦ ਪਹਿਲਾਂ ਵੀ ਪ੍ਰੈਜੈਂਟ ਸੀ ਔਰ ਉਹਦੇ ਨਾਲ ਇੱਕ ਲਾ ਕੇ ਕਿਹਾ ਵੀ ਅੱਲਾਹ ਰਾਮ ਰਹੀਮ ਸਭ ਇੱਕ ਨੇ। ਸਤਿ ਸ਼੍ਰੀ ਅਕਾਲ ਸਰ। ਤੇ ਉਹਨਾਂ ਨੇ ਸਭ ਤੋਂ ਪਹਿਲਾਂ ਬੇਟੇ ਧਾਰਮਿਕ ਤੌਰ ਤੇ ਏਕ ਪਿਤਾ ਏਕ ਸਕੇਹਮ ਬਾਰਕ ਹੈ ਨਾ, ਸਭ ਮੇ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਉਹਨਾਂ ਨੇ ਧਾਰਮਿਕ ਏਕਤਾ ਜਿਹੜੀ ਹੈ ਪ੍ਰਦਾਨ ਕੀਤੀ। ਉਸ ਤੋਂ ਬਾਅਦ ਲੋਕ ਸਮਾਜਿਕ ਤੌਰ ਤੇ ਇੱਕ ਹੋਏ, ਫਿਰ ਰਾਜਨੀਤਿਕ ਤੌਰ ਤੇ ਇੱਕ ਹੋਏ ਔਰ ਉਹ ਏਕਤਾ ਜਿਹੜੀ ਹੈ ਉਹ ਇੱਕ ਪਰਿਵਾਰ ਦੀ ਏਕਤਾ ਨਹੀਂ, ਇੱਕ ਸ਼ਹਿਰ ਦੀ ਏਕਤਾ ਨਹੀਂ, ਦੈਟ ਵਾਸ ਦਾ ਯੂਨਿਟੀ ਆਫ ਦਾ ਵਰਲਡ। ਜਦੋਂ ਕਹਿ ਰਹੇ ਵੀ ਇੱਕ ਪਿਤਾ ਔਰ ਉਹਦੀ ਸਾਰੀ ਸ੍ਰਿਸ਼ਟੀ ਉਹਦੀ ਜਿਹੜੀ ਹੈ ਪ੍ਰੋਡਕਸ਼ਨ ਹੈ ਕ੍ਰੀਏਸ਼ਨ ਹੈ, ਤਾਂ ਉਹਦਾ ਮਤਲਬ ਹੈ ਕਿ ਵਿਸ਼ਵ ਭਾਈਚਾਰੇ ਦਾ ਸੰਦੇਸ਼ ਦਿੱਤਾ ਜਾ ਰਿਹਾ ਗੁਰੂ ਨਾਨਕ ਦੇਵ ਜੀ ਦੁਆਰਾ। ਬਹੁਤੇ ਜਿਹੜੇ ਨੇ ਉਹਨਾਂ ਦੇ ਵਿੱਚ ਜਗਤ ਗੁਰੂ ਕਿਹਾ, ਗੁਰੂ ਸਾਹਿਬ ਜਹਰਾ ਪੀਰ ਜਗਤ ਗੁਰ ਬਾਬਾ, ਠੀਕ ਹੈ ਬੇਟੇ। ਕੱਲ੍ਹ ਤਾਰਨ ਗੁਰੂ ਨਾਨਕ ਆਇਆ, ਗੁਰੂ ਸਾਹਿਬ ਦੀਆਂ ਯਾਤਰਾਵਾਂ ਜਿਹੜੀਆਂ ਨੇ ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਨੂੰ ਵਿਸ਼ਵ ਪਰਸਨੈਲਿਟੀ ਹੋਣ ਦਾ ਮਾਣ ਬਖਸ਼ਦੀਆਂ। ਹਾਂਜੀ ਬੇਟਾ, ਸਾਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀ ਉਪਦੇਸ਼ ਦਿੱਤਾ ਕਿ ਡਰਨਾ ਨਹੀਂ, ਖੁੱਲ੍ਹ ਕੇ ਆਪਣੀ ਗੱਲ ਕਹਿਣੀ ਹੈ, ਹੈ ਨਾ। ਮੇਰੀਆਂ ਬੱਚੀਆਂ ਨੇ ਵੀ ਬਹੁਤ ਹੀ ਅੱਛੇ ਢੰਗ ਦੇ ਨਾਲ ਅਤੇ ਉਸ ਨਿਡਰਤਾ ਦੇ ਜੋ ਸਾਨੂੰ ਤਕਲੀਫਾਂ ਬਹੁਤ ਆਉਂਦੀਆਂ ਨੇ, ਤਕਲੀਫ ਵੇਖ ਕੇ ਡੋਲ ਨਹੀਂ ਜਾਣਾ ਵੀ ਮੈਨੂੰ ਬੜੀ ਪ੍ਰੋਬਲਮ ਵੱਡੀ ਸਮੱਸਿਆ ਆ ਗਈ। ਜਿਵੇਂ ਇੱਕ ਬੜਾ ਬੁਜ਼ਦਿਲ ਰਾਜਾ ਸੀ ਤਾਂ ਉਹ ਕਹਿੰਦਾ ਮੈਨੂੰ ਤਾਂ ਇੱਦਾਂ ਲੱਗ ਰਿਹਾ ਵੀ ਆਕਾਸ਼ ਮੇਰੇ ਉੱਤੇ ਡਿੱਗ ਰਿਹਾ ਅਤੇ ਮੈਂ ਤਾਂ ਉਹ ਬਜਾਏ ਆ ਪ੍ਰੋਬਲਮ ਦਾ ਸਾਹਮਣਾ ਕਰ ਵੀ ਉਸ ਉਹਨਾਂ ਪ੍ਰੋਬਲਮਸ ਨੂੰ ਅਸੀਂ ਕਿਵੇਂ ਫੇਸ ਕਰ ਰਹੇ ਹਾਂ ਮੈਂ ਥੋੜ੍ਹਾ ਦੱਸਾਂ ਤੁਹਾਨੂੰ ਗਾ ਕੇ। ਹਰ ਮੋੜ ਤੇ ਸਲੀਮਾ ਹਰ ਪੈਰ ਤੇ ਹਨੇਰਾ ਹਰ ਮੋੜ ਤੇ ਸਲੀਮਾ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵਿਵੇਖ ਜੇਰਾ ਪੱਥਰ ਤੇ ਨਕਸ਼ ਹਾਂ ਮੈਂ ਕੋਈ ਰੇਤ ਤੇ ਨਹੀਂ ਪੱਥਰ ਤੇ ਨਕਸ਼ ਹਾਂ ਕੋਈ ਰੇਤ ਤੇ ਨਹੀਂ ਜਿਉਂ ਜਿਉਂ ਕਿਸੇ ਮਿਟਾਇਆ ਹੁੰਦਾ ਗਿਆ ਡੰਗੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵਿਵੇਕ ਜੇਰਾ ਉਂਗਲਾਂ ਡਬੋ ਲਹੂ ਚੋਂ ਲਿਖਿਆ ਹੈ ਨਾਮ ਮੇਰਾ। ਸਿੱਖ ਇਤਿਹਾਸ ਦੀ ਗੱਲ, ਇਤਿਹਾਸ ਦੇ ਸਫ਼ੇ ਤੇ ਵਕਤ ਦੇ ਪਰਾਂ ਤੇ ਉਂਗਲਾਂ ਡਬੋ ਲਹੂ ਚੋਂ ਲਿਖਿਆ ਹੈ ਨਾਮ ਮੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਵੇਖ ਜੇਰਾ ਮੇਰੇ ਵੀ ਪੈਰ ਚੁੰਮਕੇ ਦਿਨ ਕਹੇਗੀ ਬੇੜੀ ਲੱਖ ਸ਼ੁਕਰ ਹੈ ਕਿ ਆਇਆ ਮਹਿਬੂਬ ਅੰਤ ਮੇਰਾ ਫਿਰ ਵੀ ਅਸੀਂ ਰੁਕੇ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।